ਟਰੱਕ 'ਚੋਂ 500 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ। ਆਬਕਾਰੀ ਵਿਭਾਗ ਅਤੇ ਮੋਬਾਈਲ ਬੈਂਕ ਦੀ ਟੀਮ ਨੇ ਹੁਸ਼ਿਆਰਪੁਰ ਚੰਡੀਗੜ੍ਹ ਮੁੱਖ ਮਾਰਗ 'ਤੇ ਨਾਕੇਬੰਦੀ ਦੌਰਾਨ ਇੱਕ ਟਰੱਕ 'ਚੋਂ 500 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਸੰਬੰਧੀ ਆਬਕਾਰੀ ਅਤੇ ਕਰ ਕਮਿਸ਼ਨਰ ਹੁਸ਼ਿਆਰਪੁਰ ਅਵਤਾਰ ਸਿੰਘ ਕੰਗ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਇਹ ਸ਼ਰਾਬ ਨਾਜਾਇਜ਼ ਤਰੀਕੇ ਨਾਲ ਲਿਆਂਦੀ ਗਈ ਹੈ, ਜਦਕਿ ਟਰੱਕ ਚਾਲਕ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਹੁਸ਼ਿਆਰਪੁਰ ਤੋਂ ਅਜੀਤ ਵੈਬ ਟੀਵੀ ਲਈ ਹਰਜਾਪ ਸਿੰਘ ਦੀ ਰਿਪੋਰਟ। ਇਹ ਰਾਤੀ ਸਾਡਾ ਸਾਂਝਾ ਇੱਕ ਨਾਕਾਬੰਦੀ ਹੋਈ ਸੀ ਮੋਬਾਈਲ ਬੈਂਕ ਐਟ ਹੁਸ਼ਿਆਰਪੁਰ ਦੀਆਂ ਟੀਮਾਂ ਅਤੇ ਆਬਕਾਰੀ ਵਿਭਾਗ ਹੁਸ਼ਿਆਰਪੁਰ ਦੀਆਂ ਟੀਮਾਂ। ਇਹ ਰਾਤ ਦੇ ਸਮੇਂ ਇੱਕ ਟਰੱਕ ਸ਼ੱਕ ਦੀ ਬਣਾ 'ਤੇ ਇਹਨਾਂ ਨੇ ਰਾਊਂਡਅਪ ਕੀਤਾ, ਜਿਹਦਾ ਨੰਬਰ PB11BK4146। ਇਹ ਜੋ ਟਰੱਕ ਦੇ ਕਾਗਜ਼ਾਂ ਚੈੱਕ ਕੀਤੇ ਅਤੇ ਇਹ ਅਵਤਾਰ ਸਿੰਘ ਅਤੇ ਸਾਨੂੰ ਗੁਰਦਾਵਰ ਸਿੰਘ ਇਹ ਨਕੋਦਰ ਜ਼ਿਲ੍ਹਾ ਜਲੰਧਰ ਦਾ ਪਾਇਆ ਗਿਆ। ਤਲਾਸ਼ੀ ਦੇ ਦੌਰਾਨ ਦੇਖਿਆ ਗੱਡੀ ਦੇ ਇਹਦੇ 'ਚ 450 ਪੇਟੀ ਰਾਜਧਾਨੀ ਵਿਸਕੀ ਹੈ ਔਰ 50 ਪੇਟੀਆਂ ਗ੍ਰੈਵਟੀ ਹੈ। ਇਹ ਦੋਨੋਂ ਬ੍ਰਾਂਡ ਜਿਹੜੇ ਨੇ ਇਹ ਚੰਡੀਗੜ੍ਹ ਦੇ ਬਣੇ ਹੋਏ ਨੇ ਔਰ ਫਾਰ ਸੇਲ ਇਨ ਚੰਡੀਗੜ੍ਹ ਨੇ। ਪੰਜਾਬ ਵਿੱਚ ਇਹਦੀ ਸੇਲ ਬਿਲਕੁਲ ਨਹੀਂ ਹੋ ਸਕਦੀ, ਇਟ ਇਜ਼ ਟੋਟਲੀ ਬੈਨ। ਔਰ ਇਹਦੀ ਜਦੋਂ ਬਰਾਮਦੀ ਦੇ ਵੇਲੇ ਉਹ ਮੌਕਾ ਦੇ ਕੇ ਡਰਾਈਵਰ ਮੌਕੇ ਉੱਪਰ ਭੱਜਣ 'ਚ ਸਫਲ ਹੋ ਗਿਆ, ਜਿਹਨੂੰ ਅਸੀਂ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਔਰ ਇਹਦੀ ਤਹਿਕੀਕਾਤ ਚੱਲਦੀ ਪਈ ਆ। ਇਹ ਗੱਡੀ ਦਾ ਮਾਲਕ ਔਰ ਗੱਡੀ ਦਾ ਡਰਾਈਵਰ ਤੁਰੰਤ ਹੀ ਸਾਡੀਆਂ ਟੀਮਾਂ ਵੱਲੋਂ ਅਰੈਸਟ ਕਰ ਲਿਆ ਜਾਵੇਗਾ ਬਹੁਤ ਜਲਦੀ। ਔਰ ਇਹ 'ਤੇ ਜਿਹੜੀ ਆਬਕਾਰੀ ਵਿਭਾਗ ਅਤੇ ਮੋਬਾਈਲ ਬੈਂਕ ਅਤੇ ਪੁਲਿਸ ਦੀ ਜਿਹੜੀ ਸਾਂਝੀ ਕਾਰਵਾਈ ਆ, ਅਸੀਂ ਇਹਦੇ 'ਤੇ ਆਬਕਾਰੀ ਐਕਟ ਤਹਿਤ ਪਰਚਾ ਰਜਿਸਟਰ ਕਰਨ ਜਾ ਰਹੇ ਹਾਂ ਔਰ ਇਹਦੀ ਅਗਲੀ ਇਨਵੈਸਟੀਗੇਸ਼ਨ ਵੀ ਤੁਰੰਤ ਸ਼ੁਰੂ ਕਰ ਰਹੇ ਹਾਂ।